ਉੱਪਰਲਾ ਇੱਦਾਂ ਜਿਵੇਂ ਡੋਰਮ ਬੈੱਡ ਨਹੀਂ ਹੁੰਦੇ ਜਿਵੇਂ ਹੋਸਟਲਸ 'ਚ ਹੁੰਦੇ ਆ, ਉੱਦਾਂ ਹੀ ਸਾਰੇ ਹਾਲ 'ਚ ਲੱਗੇ ਹੋਏ ਆ। ਅਤੇ ਤੁਸੀਂ ਕਿੰਨੀ ਵਾਰੀ ਆਏ ਹੋ? ਚਾਰ ਵਾਰੀ ਆ ਗਏ। ਆ ਪੰਜਵੀਂ ਵਾਰੀ। ਦੇਖ ਬਾਈ ਕਿਹੜੀ ਲੈਣੀ ਆ? ਆਹੀ ਲੋਟਾ ਲੋਟਾ ਆਹੋ। ਸਤਿ ਸ਼੍ਰੀ ਅਕਾਲ ਜੀ, ਇਸ ਵੇਲੇ ਸਵੇਰ ਦੇ 4 ਵਜੇ ਨੇ ਅਤੇ ਅੱਜ ਸਾਡਾ ਦੂਜਾ ਦਿਨ ਹੈ ਹੇਮਕੁੰਟ ਸਾਹਿਬ ਯਾਤਰਾ ਦਾ। ਇਸ ਵੇਲੇ ਅਸੀਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਹੀ ਬੈਠੇ ਹਾਂ ਅਤੇ 5 ਵਜੇ ਸਾਡੀ ਬੱਸ ਚੱਲਣੀ ਆ। ਇਸ ਟਾਈਮ ਹੁਣ ਅਸੀਂ ਪਾਣੀ ਪੀਣ ਆਏ ਸੀ ਪਹਿਲਾਂ, ਅਤੇ ਉਸ ਤੋਂ ਬਾਅਦ ਚਾਹ ਪੀ ਕੇ ਅਤੇ ਫਿਰ ਅਸੀਂ ਬਾਹਰਲੇ ਪਾਸੇ ਜਾਵਾਂਗੇ। ਦੇਖਾਂਗੇ ਜੇ ਬੱਸ ਲੱਗੀ ਹੈ ਤਾਂ ਆਪਦਾ ਬੈਗ ਰੱਖਾਂਗੇ, ਕਿਉਂਕਿ ਕੋਈ ਪੱਕੀ ਸੀਟ ਨਹੀਂ ਹੈਗੀ ਉੱਥੇ। ਜਿਹੜੀ ਜਗ੍ਹਾ ਮਿਲਦੀ ਆ ਉੱਥੇ ਬੈਠ ਜਾਓ ਕਹਿੰਦੇ, ਬੱਸ 'ਚ ਜਿਹੜੀ ਥਾਂ ਮਿਲਦੀ ਆ। ਅਸੀਂ 700 ਰੁਪਏ ਦਿੰਦੇ ਆ ਇੱਕ ਸੀਟ ਦੇ, ਅਤੇ 2 ਟਿਕਟਾਂ ਲਈਆਂ ਅਸੀਂ 1400 ਰੁਪਏ ਟੋਟਲ ਉਹਨਾਂ ਨੂੰ ਦਿੱਤਾ, ਅਤੇ ਨਾਲ ਹੀ ਆ ਜਮਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਕੰਪਨੀ ਵਾਲੇ ਜਿਨ੍ਹਾਂ ਨੇ ਟਿਕਟ ਕਰਾ ਕੇ ਦਿੱਤੀ ਆ। ਤੁਸੀਂ ਵੀ ਇੱਦਾਂ ਹੀ ਕਰਾ ਸਕਦੇ ਹੋ, ਜਾਂ ਸ਼ੇਅਰਿੰਗ ਟੈਕਸੀ ਵੀ ਲੈ ਸਕਦੇ ਹੋ। ਅਤੇ 1000 ਰੁਪਇਆ ਲੱਗਦਾ ਸ਼ੇਅਰਿੰਗ ਟੈਕਸੀ ਦਾ, 700 ਲੱਗਦਾ ਬੱਸ ਦਾ। ਮੇਰੇ ਮਗਰਲੇ ਪਾਸੇ ਜਿਹੜਾ ਹੈਗਾ ਇੱਧਰ ਲੰਗਰ ਹਾਲ ਆ, ਸੰਗਤ ਤੁਸੀਂ ਦੇਖਦੇ ਪਏ ਹੋ ਬੈਠਦੀ ਪਈ ਆ। ਅਤੇ ਆਹ ਮੇਰਾ ਦੋਸਤ ਜਸਪ੍ਰੀਤ। ਹੁਣ ਅਸੀਂ ਮੇਨ ਗੇਟ 'ਤੇ ਆ ਗਏ ਅਤੇ ਤੁਸੀਂ ਆ ਦੇਖ ਸਕਦੇ ਹੋ ਲੋਕ ਤਿਆਰੀਆਂ ਕਰਦੇ ਪਏ ਆ ਤੜਕੇ ਜਾਣ ਦੀਆਂ। ਲੋਕ ਕਈ ਆਪਦੀਆਂ ਗੱਡੀਆਂ 'ਤੇ ਨੇ ਅਤੇ ਕਈਆਂ ਨੇ ਬਾਹਰੋਂ ਬੱਸਾਂ 'ਤੇ ਜਾਣਾ, ਤਾਂ ਕਰਕੇ ਉਰੇ ਰਸ਼ ਹੋਇਆ ਪਿਆ। ਮੇਰੇ ਪਿੱਛੇ ਜਿਹੜੀ ਦੇਖ ਸਕਦੇ ਹੋ ਮੇਨ ਐਂਟਰੈਂਸ ਹੈ ਗੁਰਦੁਆਰੇ ਦੀ, ਅਤੇ ਸਾਡੀ ਬੱਸ ਸਾਹਮਣੇ ਇੰਡੀਅਨ ਆਇਲ ਦੇ ਪੰਪ 'ਤੇ ਖੜ੍ਹੀ ਹੈ। 1 ਨੰਬਰ ਬੱਸ ਜਿਹੜੀ ਜਾਊਗੀ ਉਹਦੇ 'ਚ ਬੈਗ ਬੁੱਗ ਰੱਖ ਆਇਆ ਹੁਣ ਅਸੀਂ। ਅਤੇ ਇੱਧਰ ਗੁਰਦੁਆਰਾ ਸਾਹਿਬ ਦੇਖ ਲਓ ਤੁਸੀਂ, ਕਰੀਬ 1/2 ਘੰਟੇ ਤੱਕ ਹੁਣ ਬੱਸ ਚੱਲੂਗੀ। ਉਦੋਂ ਤੱਕ ਇੱਥੇ ਹੀ ਆ, ਮੈਂ ਬੱਸ 'ਚ ਉੱਤਰ ਆਇਆ, ਦੋਸਤ ਮੇਰਾ ਬੱਸ 'ਚ ਹੀ ਬੈਠਾ ਸੀਟ 'ਤੇ। ਇੱਧਰ ਸਾਹਮਣੇ ਬੱਸਾਂ ਖੜ੍ਹੀਆਂ ਨੇ ਇਸ ਪੰਪ 'ਤੇ, ਅਤੇ ਇਸ ਪੰਪ 'ਤੇ ਬੱਸਾਂ ਲੱਗੀਆਂ ਨੇ। ਇੱਧਰ ਆਪਣੀ 1 ਨੰਬਰ ਬੱਸ ਹੈ ਉਹਦੇ 'ਚ ਜਿੱਥੇ 'ਚ ਸਮਾਨ ਰੱਖਿਆ ਆਪਾਂ, ਅਤੇ ਕਹਾ 2 ਨੰਬਰ ਬੱਸ ਹੈ, ਅਤੇ ਕਹੋ ਜਿਹੜੀ ਸਾਹਮਣੇ ਖੜ੍ਹੀ ਹੈ 1 ਨੰਬਰ ਬੱਸ ਹੈ ਜਿਹ 'ਚ ਅਸੀਂ ਜਾਣਾ। ਸੋ ਹੁਣ ਅਸੀਂ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ। ਇੱਦੋਂ ਪਹਿਲਾਂ ਅਸੀਂ 2 ਥਾਵਾਂ 'ਤੇ ਰੁਕੇ ਸੀਗੇ, 1 ਚਾਹ ਪੀਣ ਵਾਸਤੇ, ਦੂਜਾ ਅਸੀਂ ਰੁਕੇ ਸੀ ਪੈਟਰੋਲ ਪਾਉਣ ਲਈ। ਇੱਧਰ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਰੁਦਰਪ੍ਰਯਾਗ ਤੋਂ ਅੱਗੇ ਆ ਗਾਹਾਂ ਆ ਕੇ, ਉਰੇ ਹੁਣ ਚਾਹ ਪਾਣੀ। ਸੋ ਹੁਣ ਅਸੀਂ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਰੁਕੇ ਹਾਂ। ਪਹਿਲਾਂ ਅਸੀਂ 2 ਥਾਵਾਂ 'ਤੇ ਰੁਕੇ ਸੀਗੇ, 1 ਪੈਟਰੋਲ ਪੰਪ 'ਤੇ ਅਤੇ 1 ਪਹਿਲਾਂ ਚਾਹ ਪੀਣ ਵਾਸਤੇ। ਹੁਣ 10 ਵੱਜਣ ਵਾਲੇ ਨੇ, ਕਰੀਬ 5-6 ਘੰਟੇ ਹੋ ਗਏ ਸਾਨੂੰ ਤੁਰੇ ਨੂੰ। ਅਤੇ ਆ ਰੁਦਰਪ੍ਰਯਾਗ ਤੋਂ ਅੱਗੇ ਵਾਲਾ ਏਰੀਆ, ਗੁਰਦੁਆਰੇ ਦਾ ਬੋਰਡ ਦੇਖ ਸਕਦੇ ਹੋ ਇੱਧਰਲੇ ਬੰਨੇ ਗੁਰਦੁਆਰਾ। ਅੰਦਰ ਜਾ ਕੇ ਦੇਖਦੇ ਹਾਂ ਜੇ ਚਾਹ ਪਾਣੀ ਕੁਝ ਮਿਲਦਾ। ਮੂੰਹ ਹੱਥ ਧੋ ਕੇ ਅਤੇ ਦੁਬਾਰਾ, ਅੱਧਾ ਸਫ਼ਰ ਲੰਘ ਗਿਆ, ਅੱਧਾ ਹੋਰ ਹੈ, 4-5 ਘੰਟੇ ਹੋਰ ਲੱਗਣਗੇ। ਪਹਿਲੀ ਪਲੇਟ ਚੱਲ ਚੱਲ ਉਰੇ। ਹੁਣ ਅਸੀਂ ਰੁਕੇ ਹਾਂ ਇੱਥੇ, ਚੈਕਿੰਗ ਕਰਦੇ ਹਾਂ ਰਜਿਸਟ੍ਰੇਸ਼ਨ ਦੀ। ਜੇ ਤੁਸੀਂ ਆਉਣਾ ਉੱਤਰਾਖੰਡ ਇੱਥੇ, ਭਾਵੇਂ ਤੁਸੀਂ ਕੇਦਾਰਨਾਥ ਚੱਲੇ ਹੋ, ਭਾਵੇਂ ਹੇਮਕੁੰਟ ਸਾਹਿਬ ਚੱਲੇ ਹੋ, ਰਜਿਸਟ੍ਰੇਸ਼ਨ ਜ਼ਰੂਰੀ ਆ। ਹੈਗੀ ਤੇਰੇ ਕੋਲ? ਫਾਈਨਲੀ 3:30 ਵਜੇ ਅਸੀਂ ਸਵੇਰ ਦੇ 5 ਵਜੇ ਤੁਰੇ, ਹੁਣ ਪਹੁੰਚੇ ਹਾਂ ਗੋਬਿੰਦ ਘਾਟ 'ਤੇ। ਇੱਧਰ ਦੇਖ ਸਕਦੇ ਹੋ ਗੋਬਿੰਦ ਘਾਟ, ਤੁਸੀਂ ਇਸ ਬੱਸ 'ਚ ਸੀਗੇ, ਸਾਰਿਆਂ ਨੇ ਸਮਾਨ ਇਹਦੇ 'ਚੋਂ ਕੱਢ ਲਿਆ, ਅਤੇ ਉੱਧਰੋਂ ਨੀਚੇ ਸਾਰੇ ਚਲੇ ਗਏ ਅਤੇ ਆਪਾਂ ਵੀ ਚੱਲਦੇ ਹਾਂ। ਅਤੇ ਪੂਰੀ ਬੱਸ
ਪੂਰੀ ਬੱਸ ਹੋ ਗਈ ਲੱਤਾਂ ਦੀ, ਨੀਂਦ ਬਹੁਤ ਆਈ ਹੋਈ, ਰਾਤ ਜ਼ਿਆਦਾ ਸੁੱਤੇ ਨਹੀਂ ਸੀਗੇ ਅਤੇ ਹੁਣ ਜਾ ਕੇ ਸੋਵਾਂਗੇ ਅਤੇ ਖਾਵਾਂਗੇ ਕੁਝ। ਆ ਜਾ ਭਰਾਵਾ, ਦੇਖਿਆ ਇੱਧਰ ਹੋ ਜਾ ਯਾਰ। ਮੇਰਾ ਚੱਲਦਾ ਉੱਪਰੋਂ ਐਂ ਨੀਚੇ ਨੂੰ ਜਾਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਆ ਉਹ ਆਉਂਦਾ। ਅੱਜ ਇੰਨੀ ਸੰਗਤ ਜਾ ਰਹੀ ਆ ਅੱਗੇ ਸਾਹਮਣੇ, ਸਾਰੀ ਆਪਣੀ ਬੱਸ 'ਚੋਂ ਨਿਕਲੀ ਆ, ਮੋਟਰਸਾਈਕਲਾਂ 'ਤੇ ਦੇਖ ਲਓ ਤੁਸੀਂ। ਵੈਸੇ ਉਰੇ ਇੰਨੀ ਜ਼ਿਆਦਾ ਠੰਡ ਨਹੀਂ ਹੈਗੀ, ਨੋਰਮਲ ਤੁਸੀਂ ਟੀ ਸ਼ਰਟ ਵਗੈਰਾ 'ਚ ਘੁੰਮ ਸਕਦੇ ਹੋ। ਅਤੇ ਅੱਜ ਤਾਂ ਉਰੇ ਹੀ ਅਸੀਂ ਰੈਸਟ ਕਰਾਂਗੇ, ਸੁਬਹਾ ਤੜਕੇ ਨਿਕਲਾਂਗੇ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਲਈ, ਅਤੇ ਉੱਥੇ ਤਾਂ ਪੈਦਲ ਹੀ ਜਾਣਾ ਟਰੈਕ ਕਰਕੇ। ਕਿੰਨੇ ਵਜੇ ਤੱਕ ਤੁਹਾਨੂੰ ਪਤਾ ਕਿੰਨੇ ਵਜੇ ਤੱਕ ਹੁੰਦਾ ਗੇਟ ਓਪਨ? ਉੱਥੇ ਕਿੰਨੇ ਵਜੇ ਤੱਕ ਪਹੁੰਚਣਾ ਹੁੰਦਾ ਗੁਰਦੁਆਰਾ ਸਾਹਿਬ ਹੇਮਕੁੰਟ ਸਾਹਿਬ? ਉਹ ਤਾਂ ਮੈਨੂੰ ਵੀ ਬੱਸ ਨੇ ਸਾਨੂੰ ਪਿੱਛੇ ਹੀ ਲਾਤਾ ਸੀਗਾ, ਹਾਲਾਂਕਿ ਇੱਧਰ ਨੂੰ ਗੱਡੀਆਂ ਵੀ ਆਉਂਦੀਆਂ ਜੇ ਤੁਸੀਂ ਦੇਖੋ, ਰਾਹ ਥੋੜ੍ਹਾ ਟੁੱਟਿਆ ਹੋਇਆ ਪਰ ਗੱਡੀਆਂ ਆਉਂਦੀਆਂ। ਸਾਹਮਣੇ ਗੁਰਦੁਆਰਾ ਸਾਹਿਬ ਹੈ, ਕਿਉਂਕਿ ਅਸੀਂ ਬੱਸ 'ਚ ਸੀਗੇ ਤਾਂ ਬੱਸ ਨੇ ਸਾਨੂੰ ਸੜਕ 'ਤੇ ਹੀ ਲਾਤਾ। ਵੈਸੇ ਬੱਸ ਆ ਸਕਦੀ ਸੀ ਇੱਥੇ ਵੀ ਔਖੀ ਸੌਖੀ, ਪਰ ਆਈ ਨਹੀਂ। ਚਲੋ ਕੋਈ ਨਹੀਂ, ਫਿਰ ਵੀ ਸਾਡਾ ਤਾਂ ਕੀ ਹੈ, ਪਰ ਬਜ਼ੁਰਗ ਨਾਲ ਸੀਗੇ। ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ, ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ। ਤੁਸੀਂ ਕਿੰਨੀ ਵਾਰੀ ਆਏ ਹੋ? ਚਾਰ ਵਾਰੀ ਆ ਗਏ। ਪੰਜਵੀਂ ਵਾਰੀ? ਤੇ ਪੈਦਲ ਚੜ੍ਹਦੇ ਹੋ ਕਿ ਉੱਤੇ ਖੱਚਰ ਤੇ ਬਹਿ ਕੇ? ਪੈਦਲ ਹੀ ਜੋ ਘੋੜੇ ਤੇ ਚੜਾਂਗੇ ਤਾਂ ਅਗਰੀ ਜ਼ਿੰਦਗੀ ਦੀ ਆ ਕੋ ਘੋੜੇ ਬਣਨਾ ਪਏ। ਸਹੀ ਗੱਲ, ਆਪਾਂ ਹੀ ਘੋੜੇ ਵਰਗੇ ਬਣ ਜਾਈ ਜਾਣਾ, ਤੁਰ ਕੇ ਹੀ ਆਏ, ਤੁਰ ਕੇ ਹੀ ਆਉਣਾ, ਤੁਰ ਕੇ। ਐਤਕੀ ਵੀ ਤੁਰ ਕੇ ਹੀ ਜਾਵਾਂਗੇ, ਐਤਕੀ ਵੀ ਤੁਰ ਕੇ ਜਾਵਾਂਗੇ, ਤੁਰ ਕੇ ਹੀ। ਇਹਦਾ ਕਰੋ ਕੁਛ, ਇਹ ਤਾਂ ਥੱਕੀ ਜਾਂਦਾ ਇੱਥੇ ਹੀ। ਨਹੀਂ ਨਹੀਂ ਇਹ ਤਾਂ ਥੱਕ ਗਿਆ, ਪਰਮਾਤਮਾ ਪਹਿਲਾਂ ਜਾਂਦਾ ਜੀ, ਉਹਦੀ ਆਸ ਰੱਖੀ ਉਹਦੇ। ਬੈਗ ਰੱਖਣ ਦਾ ਜੁਗਾੜ ਦੇ ਲਾ ਇਹਨੂੰ ਪੁੱਛ। ਅੰਦਰ ਇਹਨਾਂ ਦੇ ਕਮਰੇ ਤਾਂ ਹੈਗੇ ਆ, ਪੇੜ ਜਿਹੜੇ ਉੱਧਰੋਂ ਮਿਲਦੇ ਆ। ਜੇ ਕਿਸੇ ਨੇ ਹਾਲ 'ਚ ਰਹਿਣਾ ਹੈ ਤਾਂ ਇੱਧਰ 4 ਨੰਬਰ ਕਾਊਂਟਰ ਤੋਂ ਆ ਕੇ ਆ ਪਰਚੀ 'ਚ ਬਣਵਾਉਣੀ ਪੈਂਦੀ ਆਧਾਰ ਕਾਰਡ ਦੇ ਕੇ। ਅਤੇ 211 ਨੰਬਰ ਹਾਲ ਆ, ਆਪਾਂ 2 ਜਾਣੇ ਆ, ਜਸਪ੍ਰੀਤ ਮੇਰੇ ਦੋਸਤ ਦਾ ਨਾਮ ਹੈ। ਅਤੇ ਬਸ ਹੁਣ ਆਪਾਂ ਚੱਲੀਏ। ਕਿੱਧਰ ਆ ਹਾਲ ਦੱਸਿਆ ਉਹਨਾਂ ਨੇ? ਸੋ ਅਸੀਂ 2 ਜਾਣੇ ਸੀ ਅਤੇ ਅਸੀਂ ਹਾਲ 'ਚ ਰੁਕਿਆ। ਹੁਣ ਹਾਲ ਦੇ ਇਹ ਕੋਈ ਪੈਸੇ ਨਹੀਂ ਲੈਂਦੇ ਜਿੱਦਾਂ ਕਿ ਰਿਸ਼ੀਕੇਸ਼ 'ਚ ਸੀਗਾ, ਪਰ ਜੇ ਤੁਸੀਂ ਕਮਰਾ ਲੈਣਾ, ਕਮਰੇ ਦੇ ਕੁਝ ਪੈਸੇ ਦੇਣੇ ਪੈਣਗੇ ਤੁਹਾਨੂੰ, ਉਹਦਾ ਮੇਰੇ ਹਿਸਾਬ ਨਾਲ 400-500 ਰੁਪਇਆ ਹੋਣਾ। ਅਤੇ ਉਹ ਕਮਰਾ ਤੁਸੀਂ ਲੈ ਸਕਦੇ ਹੋ। ਕਮਰੇ ਜਿਹੜੇ ਨੇ ਉਹ ਇੱਧਰਲੀ ਬਿਲਡਿੰਗ 'ਚ ਨੇ, ਅਤੇ ਹਾਲ ਜਿਹੜਾ ਇੱਧਰਲੇ ਬੰਨੇ ਨੇ। 2 ਹਾਲ ਨੇ ਵੱਡੇ ਵੱਡੇ ਜਿਹਦੇ 'ਚ ਡੋਰਮੈਟਰੀ ਵਾਂਗੂ ਬੈੱਡ ਲੱਗੇ ਹੋਏ ਨੇ ਉੱਪਰ ਥੱਲੇ, ਉਹਦੇ 'ਚ ਤੁਸੀਂ ਬਹਿ ਸਕਦੇ ਹੋ। ਮੈਂ ਤੁਹਾਨੂੰ ਦਿਖਾਊਂਗਾ ਬੈੱਡ ਦੀ। ਅਤੇ ਆਹ ਗੁਰਦੁਆਰਾ ਸਾਹਿਬ ਦਾ ਜਿਹੜਾ ਐਂਟਰੈਂਸ ਆ ਵਿਊ, ਉਹ ਆ। ਪਾਣੀ ਦਾ ਫਲੋ ਇੱਥੇ ਕਾਫੀ ਜ਼ਿਆਦਾ ਹੈ। ਅਸੀਂ ਹੁਣ ਅੰਦਰ ਡੋਰਮੈਟਰੀ ਜਿਹੜੀ ਹੈਗੀ ਆ, ਜਿਹੜਾ ਹਾਲ ਆ ਜਿਹੜਾ ਮਿਲਿਆ ਸਾਨੂੰ, ਅਸੀਂ ਉਹਦੇ ਅੰਦਰ ਆ ਗਏ ਹਾਂ। ਅਤੇ ਆਹ ਅਸੀਂ ਆਪਣੇ ਬੈਗ ਰੱਖੇ ਆ ਉੱਪਰ ਲਾਈਦਾ, ਜਿਵੇਂ ਡੋਰਮ ਬੈੱਡ ਨਹੀਂ ਹੁੰਦੇ ਜਿਵੇਂ ਹੋਸਟਲਸ 'ਚ ਹੁੰਦੇ ਆ,
ਉੱਦਾਂ ਹੀ ਸਾਰੇ ਹਾਲ 'ਚ ਲੱਗੇ ਹੋਏ ਆ ਅਤੇ ਤੁਸੀਂ ਉੱਤੇ ਥੱਲੇ ਦੇਖ ਸਕਦੇ ਹੋ ਲੋਕ ਲੰਮੇ ਪਏ ਆ ਅਤੇ ਹੁਣ ਅਸੀਂ ਥੋੜ੍ਹੀ ਰੈਸਟ ਕਰਾਂਗੇ 4 ਵਜੇ ਆ ਜੇ 4 ਵਜੇ ਆ ਜੇ ਅਤੇ 6 ਵਜੇ ਤਾਈਂ ਰੈਸਟ ਕਰਕੇ ਦਿਨ ਬਾਹਰ ਨਿਕਲਦੇ ਹਾਂ ਫਿਰ ਠੀਕ ਹੈ ਜੀ ਦੇਖ ਬਾਈ ਕਿਹੜੀ ਲੈਣੀ ਆ ਆਹੀ ਲੋਟਾ ਆਹੋ ਆਹੀ ਲੋਟਾ ਦੇਖ ਕੇ ਲੈ ਲਾ ਆਪਦੇ ਹਿਸਾਬ ਨਾਲ ਪੰਜਾਹ ਦੀ ਲੈ ਲਾ ਬਰੋ ਨਿਕਲ ਗਈ ਘਾਟਾ ਤੈਨੂੰ 50 ਦਾ ਹੀ ਪੈਣਾ ਤੈਨੂੰ ਐਂ ਸੋਚੀ ਜਾਂਦਾ ਬਈ ਲੈ ਲਾ ਲੈਣੀ ਆ ਮੈਨੂੰ ਲੋੜ ਨਹੀਂ ਹੈਗੀ ਮੈਂ ਤਾਂ ਨਹੀਂ ਲਈ ਮਾਣ ਕਰੀ ਜਾਂਦਾ ਜਲਦੀ ਕਰ ਐਡੀ ਵੱਡੀ ਇਨਵੈਸਟਮੈਂਟ ਕਰਨ ਲੱਗਾ ਇੱਕ ਹੀ ਦੇ ਭਰਾਵਾ ਇੱਕ ਪਿੱਛੇ 25 ਸੁਣ ਕੇ ਆਇਆ ਮੈਨੂੰ ਤੁਹਾਨੂੰ